मिर्जा गालिब का शेर है, सुना था गालिब के उड़ेंगे पुरजे, देखने हम भी गए मगर तमाशा ना हुआ जी। अज सवेर तक हर चैनल ते चर्चा सी, ते आम आदमी पार्टी दी अपने लीडर भी कहिंदे सी। पेशी दे बहाने अज एनफोर्समेंट डायरेक्टोरेट ने ईडी वाले ने दिल्ली दे मुख्यमंत्री ते आम आदमी पार्टी दे मुखी अरविंद केजरीवाल नूं सद्या होया ते अज उन्होंने उन्हें गिरफ्तार कर लेना। मैं कल भी कहा सी एडी छेती नहीं करनी, हो सकता कर भी लैन पर बहुत ही संभावना यह है कि दो महीने रोक के करनी। जे करना ही होया पार्लीमेंट चोणां दे ऐन सिरे ते जाके करनगे, तां कि लोकां दे विच एक तो जाण तो रुक जावे, दूसरा ये गल सामने आ जावे कि जिहड़ी पार्टी बड़ी सच्ची सुची बनती सी उन्हां दा मुखी ते दिल्ली दा मुख्यमंत्री करप्शन दे केस च फड़िया गया जी। अगे मनीष सिसोदिया दे फड़े जाण तो बाद कागज सच्चे आ कि झूठे अजे कोई नहीं पता, वह कल अदालतों च जाके पता लगू। बहुत कुछ वापरदा, ईडी होवे सीबीआई होवे सारियां केंद्रीय एजेंसियां बंदे नूं फड़न लगियां बहुत तेजी विखाउंदियां ते बाद विच सजावां दवाउण लग्गियां। इन्हां दे केसां च सजावां बहुत घट हुंदियां, जां तां राज केंद्र च सरकार बदल जांदी है जां अफसर बदल जांदे आ जां गिट मिट सौदेबाजी हो जांदी है। इह हुण की करना कराउणा सानूं नहीं पता, पर अज सवेर तो चर्चा सी कि अरविंद केजरीवाल ने पेशी वास्ते जाना, तो उन्हें पेशी दे बाद यह कह के कि जांच विच सहयोग नहीं कर रहा तो साढ़े कोल सबूत आ उन्हें गिरफ़्तार करके बिठा लेना। तो अज शाम तक आम आदमी पार्टी नू अपने विधायकों की उत्थे दिल्ली च मीटिंग करके खड़े पैर नवा मुख्यमंत्री चुनना पै जाना। वो गल नहीं हुई, केजरीवाल ने आखिरी वक्त एक चिट्ठी भेजती, उन्हें आख्या मैं नहीं जी पेश हो रहा, मैं जा रहा अपने चौड़दारे ते, मैं अजे नहीं आ रहा। और दूसरी गल उन्हें नाल ये लिख दी कि मैनू ये पता कि बाकी सब गल्लां छड़ के क्योंकि पार्लीमेंट चोणां आ रहीयां, तुसीं राजनीतिक कारणां करके मैनू ते मेरी पार्टी नू तंग करना चाहुंदे, होर कोई केस नहीं बणदा। उन्हें सीधे तौर पर क्योंकि इहनू राजनीति नाल जोड़ दिता। हुण एनफोर्समेंट डायरैक्टोरेट वाले उहदे खिलाफ़ केस तां बणाउणगे, समण वी भेजणगे, इन्ना कुछ करन तों बाद जे उहनू नहीं सद्दे ते तां वी बदनामी है ਵੀ ਪਹਿਲਾਂ ਸੱਦਿਆ ਕਿਉਂ ਅਤੇ ਮੁੜ ਕੇ ਡਰਦੇ ਪਿੱਛੇ ਕਿਉਂ ਹਟੇ। ਅਤੇ ਜੇ ਸੱਦਣਗੇ ਤਾਂ ਉਹਨੇ ਇਸ ਮੁੱਦੇ ਨੂੰ ਰਾਜਨੀਤਿਕ ਬਣਾ ਦਿੱਤਾ। ਰਾਜਨੀਤਿਕ ਬਣਾਉਣ ਤੋਂ ਬਾਅਦ ਇਹ ਮੁੱਦਾ ਲੋਕਾਂ ਦੀ ਕਚਹਿਰੀ ਵਿੱਚ ਵੀ ਜਾਣਾ, ਮੁੱਦਾ ਕਾਨੂੰਨ ਦੀ ਕਚਹਿਰੀ ਵਿੱਚ ਵੀ ਜਾਣਾ ਅਤੇ ਉੱਪਰ ਤੱਕ ਜਾਣਾ, ਇਹ ਮੁੱਦਾ ਵੀ ਨਾਲ ਬਣ ਜਾਣਾ ਕਿ ਸਾਰੇ ਦੇ ਸਾਰੇ ਐਬ ਵਿਰੋਧੀ ਧਿਰ ਦੀਆਂ ਪਾਰਟੀਆਂ 'ਚ ਭਾਜਪਾ ਵਾਲੇ ਕਹਿਣਗੇ ਕਿ ਜਿੱਥੇ ਨੁਕਸ ਨਿਕਲਦਾ ਉੱਥੇ ਹੀ ਹੋਣਾ, ਸਾਡੇ ਬੰਦਿਆਂ 'ਚ ਜਗ੍ਹਾ ਦੱਸੋ ਕਿੱਥੇ ਆ ਜੀ। ਅਤੇ ਕੇਂਦਰ 'ਚ ਰਾਜ ਕਰਦੀ ਪਾਰਟੀ ਦੇ ਨੁਕਸ ਗੜਾਊ ਕਿਹੜਾ? ਜਿਹੜੀ ਪਾਰਟੀ ਕੇਂਦਰ 'ਚ ਰਾਜ ਕਰਦੀ ਹੈ ਉਹਦੇ ਕੋਲ ਸਾਰਿਆਂ ਦੀਆਂ ਫਾਈਲਾਂ ਹੁੰਦੀਆਂ, ਪਰ ਉਹਦੀਆਂ ਫਾਈਲਾਂ ਕਿਸੇ ਕੋਲ ਨਹੀਂ ਹੁੰਦੀਆਂ, ਇਹ ਕਿੱਥੋਂ ਲੱਭਣਗੇ? ਆਖਿਰਕਾਰ ਕੋਈ ਨਾ ਕੋਈ ਜੇ ਖਰਾਬੇ ਦੀ ਗਰਦੌਰੀ ਕਰਾਉਣੀ, ਕੋਈ ਛਿਜਰਾ ਵੇਖਣਾ ਪਊ, ਕਿੱਥੋਂ ਵੇਖਣਗੇ ਜਾ ਕੇ? ਤਹਿਸੀਲਦਾਰ ਕਿਹੜਾ ਲੱਭਣਗੇ ਛਿਜਰੇ ਗਰਦੌਰੀ ਵਾਸਤੇ? ਹੁਣ ਇਹ ਗੱਲ ਇਹਨਾਂ ਦੇ ਪੱਲੇ ਹੈ ਕੋਈ ਨਹੀਂ, ਉਹਨਾਂ ਕੋਲ ਸਾਰਾ ਕੁਛ ਹੈ। ਅੱਜ ਇਹਨੇ ਉਸ ਮਾਮਲੇ ਨੂੰ ਰਾਜਸੀ ਰੰਗਤ ਦੇ ਦਿੱਤੀ ਹੈ। ਰਾਜਸੀ ਰੰਗਤ ਪਹਿਲਾਂ ਵੀ ਗਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਗਵਰਨਰ ਦੇ ਖਿਲਾਫ਼ ਕੇਸ ਕਰ ਦਿੱਤਾ। ਉਹਦੇ ਤੋਂ ਦੋ ਦਿਨ ਬਾਅਦ ਤਾਮਿਲਨਾਡੂ ਦੇ ਮੁੱਖ ਮੰਤਰੀ MK Stalin ਨੇ ਉੱਥੋਂ ਦੇ ਗਵਰਨਰ ਦੇ ਖਿਲਾਫ਼ ਕੇਸ ਕਰਤਾ ਕਿ ਕੇਂਦਰ ਦੇ ਇਸ਼ਾਰੇ 'ਤੇ ਮੇਰੀ ਸਰਕਾਰ ਨੂੰ ਤੰਗ ਕਰਦਾ। ਅੱਜ ਖਬਰ ਆ ਗਈ ਹੈ ਕਿ ਕੇਰਲਾ ਦੀ ਸਰਕਾਰ ਨੇ, ਉੱਥੇ ਖੱਬੇ ਪੱਖੀ ਸਰਕਾਰ ਹੈ, ਉਹਨਾਂ ਨੇ ਆਪਣੇ ਗਵਰਨਰ ਦੇ ਖਿਲਾਫ਼ ਕੇਸ ਕਰਤਾ, ਅਤੇ ਜਿਹੜੀ ਇਹ ਲੜੀ ਵੱਜ ਗਈ ਹੈ। ਮੈਨੂੰ ਕੋਈ ਹੈਰਾਨੀ ਨਹੀਂ ਹੋਊਗੀ ਜੇ ਭਲਕੇ ਮਮਤਾ ਬੈਨਰਜੀ ਚਲੀ ਜਾਵੇ ਅਦਾਲਤ ਵਿੱਚ ਵੀ ਇਹ ਗਵਰਨਰ ਮੈਨੂੰ ਤੰਗ ਕਰਦਾ, ਅਤੇ ਪਰਸੋਂ ਝਾਰਖੰਡ ਦਾ ਹੇਮੰਤ ਸੋਰੇਨ ਚਲੇ ਜਾਵੇ, ਅਤੇ ਚੌਥ ਹਿਮਾਚਲ ਪ੍ਰਦੇਸ਼ ਦਾ ਕਾਂਗਰਸੀ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਚਲਾ ਜਾਵੇ। ਇਹ ਵਾਰੀ ਕਰਨਾਟਕਾ ਵਾਲਾ ਵੀ ਜਾ ਸਕਦਾ, ਸਾਰੇ ਜਾਣਗੇ, ਔਰ ਇਹ ਮੁੱਦਾ ਬਣੇਗਾ ਅਗਲੀਆਂ ਚੋਣਾਂ ਵਾਸਤੇ। ਲੜਾਈ ਇਸ ਪੱਧਰ ਤੱਕ ਚਲੀ ਜਾਵੇ ਕਿ ਜਿਹੜੀ ਗੱਲ ਲੋਕਾਂ 'ਚ ਜਾ ਕੇ ਆਮੋ ਸਾਹਮਣੇ ਲੜਨੀ ਉਹ ਹੁਣ ਅਦਾਲਤਾਂ 'ਚ ਪਹੁੰਚ ਜਾਵੇ। ਜੀ, ਇਹਦੇ 'ਚ ਆਮ ਲੋਕਾਂ ਦੀ ਰਾਏ 'ਚ ਪੁੱਛਿਆ ਜਾਵੇ ਤਾਂ ਆਮ ਲੋਕ ਬਹੁਤੀ 3-13 ਗਿਣਤੀਆਂ ਮਿਣਤੀਆਂ 'ਚ ਨਹੀਂ ਪੈਂਦੇ, ਉਹ ਇੱਕ ਗੱਲ ਜਾਣਦੇ ਜੀ ਤੁਹਾਡੀ ਦੋਵਾਂ ਹੱਥਾਂ ਨਾਲ ਵੱਜਦੀ ਹੈ, ਨੁਕਸ ਇਹਨਾਂ 'ਚ ਹੋਊ, ਨੁਕਸ ਉਹਨਾਂ 'ਚ ਹੋਊ, ਕੁਛ ਤਾਂ ਹੋਊਗਾ ਨਾ ਜੀ। ਆਹ ਜਿਹੜੀ ਗੱਲ ਹੈ ਕਿ ਤੁਹਾਡੀ ਦੋਵਾਂ ਹੱਥਾਂ ਨਾਲ ਵੱਜਦੀ, ਨੁਕਸ ਦੋਵਾਂ 'ਚ ਹੋਊ, ਕੁਝ ਨਾ ਕੁਝ ਗੱਲ ਤਾਂ ਹੋਣੀ ਹੈ, ਨਹੀਂ ਤਾਂ ਐਵੇਂ ਕਾਹਨੂੰ ਸੱਦਣਾ ਸੀ ਅਤੇ ਐਵੇਂ ਕਾਹਨੂੰ ਫੜਨਾ ਸੀ? ਇਸ ਗੱਲ ਨੂੰ ਵੇਖਿਆ ਜਾਵੇ ਤਾਂ ਅੱਜ ਨਹੀਂ ਕੱਲ੍ਹ ਸਹੀ ਕੇਂਦਰ ਦੀਆਂ ਏਜੰਸੀਆਂ ਅਰਵਿੰਦ ਕੇਜਰੀਵਾਲ ਨੂੰ ਕਿਸੇ ਵਕਤ ਵੀ ਸੱਦ ਸਕਦੀਆਂ, ਫੜ ਸਕਦੀਆਂ। ਹੁਣ ਜੇ ਚੰਦਰ ਬਾਬੂ ਨਾਇਡੂ ਨੂੰ
प्रचार करदिया रैली करदिया रात नूं रैली तो बाद अगले थां जाण तो पहला बस च सुते पए नूं घेरा पा के आंध्र प्रदेश की पुलिस फड़ सकती है सबका मुख्यमंत्री नूं, ते केजरीवाल नूं क्यों नहीं फड़िया जा सकदा? उहनूं सब कुछ हो सकदा। बिल्कुल।